السلام علیکم سارے بھائیوں نو، میں اپنے چینل زمیندار بلاگ دے وچ خوش آمدید کرنا۔ میرا نام عبدل نصیر، میں ضلع فیصل آباد تحصیل تاندلیا والا دا رہنے والا۔ تے بھائی، میں اج او چیز تانوں دکھانا چاہنا جڑی تسی کدی دیکھی ہوئے گی تے یوز نہیں کیتی ہوئے گی۔ ابلاں تے پہلی گل تسی دیکھی نہیں ہونی، تو آ جاؤ میں تانوں او چیز دکھانا جڑی تسی ਬਹੁਤ ਬਆਸਾਨੀ ਯੂਜ਼ ਕਰ ਸਕੋ। ਇਹ ਸਾਡਾ ਟਰੈਕਟਰ 385, ਇਹਦੇ ਪਿੱਛੇ ਅਸੀਂ ਲਿਫਟਰ ਬਣਾ ਕੇ ਲਾਇਆ ਹੋਇਆ ਹੈ। ਜਿਸ ਤਰ੍ਹਾਂ ਹਲ ਪੈਂਦੇ ਨੇ, ਇਸੇ ਤਰ੍ਹਾਂ ਹੀ ਇਹਦੇ ਪਿੱਛੇ ਲਿਫਟਰ ਪੈ ਜਾਂਦਾ। ਇਹਦੀ ਕੀਮਤ ਬਹੁਤ ਥੋੜ੍ਹੀ ਹੈ, ਮੈਂ ਕੀਮਤ ਇਹਨਾਂ 'ਤੇ ਜਾ ਕੇ ਦੱਸਾਂਗਾ। ਤੁਸੀਂ ਵੀਡੀਓ ਸਾਰੀ ਵਾਚ ਕਰਨੀ ਹੈ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਇਹਦਾ ਤਰੀਕਾਕਾਰ ਬਹੁਤ ਹੀ ਆਸਾਨ ਆ, ਬਹੁਤ ਹੀ ਈਜ਼ੀ ਆ। ਇਹ ਬਈ ਜਿਹੜੇ ਜ਼ਿਮੀਂਦਾਰ, ਬਾਰਿਸ਼ ਪੈ ਜਾਂਦੀ ਹੈ ਸਰਦੀਆਂ ਨੂੰ, ਅਤੇ ਟੱਕ ਦੇ ਵਿੱਚ ਟਰਾਲੀ ਲਿਜਾਣ ਵਾਸਤੇ ਬਹੁਤ ਪਰੇਸ਼ਾਨ ਹੁੰਦੇ ਨੇ, ਕਿਉਂਕਿ ਟਰਾਲੀ ਖੁੱਭ ਜਾਂਦੀ ਹੈ, ਟਰਾਲਾ ਖੁੱਭ ਜਾਂਦਾ ਹੈ, ਫਿਰ ਬਹੁਤ ਜ਼ਿਆਦਾ ਮਸਲਾ ਮਸਾਇਲ ਬਣਦੇ ਨੇ। ਟਰੈਕਟਰ ਵੀ ਨਹੀਂ ਮਿਲਦੇ ਜਿਹੜੇ ਜ਼ਿਮੀਂਦਾਰਾਂ ਨੂੰ ਟਰਾਲੀ ਟਰੈਕਟਰ ਕੱਢਣ ਵਾਸਤੇ। ਉਹ ਬਈ ਇਹ ਬਣਾਓ, ਦੇਖੋ ਬਈ ਆ ਕਿਸ ਤਰ੍ਹਾਂ ਢੇਰੀ ਦੇ ਥੱਲੇ ਪੈ ਜਾਣਾ ਇਸਨੇ। ਇਹ ਬਹੁਤ ਹੀ ਸਸਤੀ ਤਰੀਨ ਚੀਜ਼ ਹੈ। ਇਹ ਦੇਖੋ ਢੇਰੀ ਦੇ ਥੱਲੇ ਪੈ ਗਿਆ ਹੈ, ਅਤੇ ਇੰਨੇ ਢੇਰੀ ਚੁੱਕ ਲਈ ਹੈ। ਜਿਸ ਤਰ੍ਹਾਂ ਬਿਲਕੁਲ ਬਹੁਤ ਸਿੰਪਲੀ ਚੀਜ਼ ਹੈ ਜਿਹੜੀ ਕਿ ਬਣਾਉਣੇ ਵਾਸਤੇ ਕੋਈ ਮੁਸ਼ਕਲ ਕੰਮ ਨਹੀਂ ਹੈਗਾ। ਇਹ ਦੇਖੋ ਬਈ ਇੰਨੇ ਢੇਰੀ ਚੁੱਕ ਕੇ, ਅਤੇ ਜਿੱਥੇ ਲੋਡਿੰਗ ਹੋ ਰਹੀ ਹੈ, ਜਿੱਥੇ ਮਤਲਬ ਕਿ ਪੱਕੀ ਹੈ ਜਾਂ ਸੜਕ ਲੱਗਦੀ ਹੈ, ਜਿੱਥੇ ਟਰਾਲਾ ਟਰਾਲੀ ਈਜ਼ੀਲੀ ਖੜ੍ਹੇ ਹੋ ਕੇ ਲੋਡ ਹੋ ਸਕਦਾ, ਉੱਥੇ ਲੈ ਕੇ ਜਾ ਰਹੇ ਨੇ। ਅਤੇ ਇਹ ਬਹੁਤ ਹੀ ਅੱਛੀ ਚੀਜ਼ ਹੈ। ਜਿਹੜੇ ਜ਼ਿਮੀਂਦਾਰ ਬਈ ਪਰੇਸ਼ਾਨ ਨੇ, ਹੋ ਜਾਂਦੇ ਨੇ ਬਾਰਿਸ਼ ਪੈਣ ਦੀ ਵਜ੍ਹਾ ਤੋਂ, ਇੰਨੇ ਇੰਨੇ ਦਿਨ ਟੱਕਾਂ ਦੇ ਵਿੱਚ ਗੰਨਾ ਪਿਆ ਰਹਿੰਦਾ ਅਤੇ ਸੁੱਕ ਜਾਂਦਾ ਹੈ, ਇਹ ਬਾਈ ਦੇਖੋ ਇੰਨੇ ਬਾਹਰ ਲਿਆ ਕੇ ਢੇਰੀ ਰੱਖੀ ਹੈ, ਅਤੇ ਇੰਨੇ ਉੱਥੇ ਹੀ ਨੀਚੇ ਰੱਖ ਕੇ ਅਤੇ ਟਰੈਕਟਰ ਅੱਗੇ ਕਰਕੇ ਕੱਢ ਲਿਆ, ਅਤੇ ਢੇਰੀ ਉੱਥੇ ਪਈ ਰਹਿ ਗਈ। ਇਹ ਬਹੁਤ ਹੀ ਅੱਛੀ ਚੀਜ਼ ਹੈ। ਜਿਹੜੇ ਜ਼ਿਮੀਂਦਾਰ ਬਾਰਿਸ਼ ਪੈਣ ਦੀ ਵਜ੍ਹਾ ਤੋਂ ਗੰਨਾ ਟੱਕ ਦੇ ਅੰਦਰ ਹੀ ਸੁਕਾ ਲੈਂਦੇ ਨੇ, ਉਹ ਇਹਨੂੰ ਜ਼ਰੂਰ ਬਣਾਓ, ਬਹੁਤ ਹੀ ਅੱਛੀ ਚੀਜ਼ ਹੈ, ਬਹੁਤ ਹੀ ਆਲਾ ਚੀਜ਼ ਹੈ। ਦੇਖੋ ਬਈ ਲੇਬਰ ਬਆਸਾਨੀ ਦੇ ਨਾਲ ਲੋਡ ਕਰ ਰਹੀ ਹੈ। ਇਹ ਦੇਖੋ ਇੱਕ ਹੋਰ ਢੇਰੀ ਲੈ ਕੇ ਆ ਰਿਹਾ ਸਾਡਾ ਟਰੈਕਟਰ, ਬਹੁਤ ਹੀ ਆਲਾ ਚੀਜ਼ ਹੈ। ਮੇਰਾ ਤਾਂ ਬਾਈ ਜ਼ਿਮੀਂਦਾਰਾਂ ਨੂੰ ਇਹ ਮਸ਼ਵਰਾ ਹੈ ਕਿ ਇਹ ਬਣਾਓ ਅਤੇ ਆਪਣੇ ਕੰਮ ਆਸਾਨ ਕਰ ਲਓ। ਇਹ ਦੇਖੋ ਬਾਈ ਤਕਰੀਬਨ ਅੱਧੇ ਕੁ ਘੰਟੇ ਦੇ ਵਿੱਚ 150 ਮਨ 200 ਮਨ ਟਰੈਕਟਰ ਗੰਨਾ ਬਾਹਰ ਲੈ ਕੇ ਆ ਜਾਂਦਾ, ਅਤੇ ਬਹੁਤ ਹੀ ਪਰੇਸ਼ਾਨੀ ਵੱਧ ਜਾਂਦੀ ਹੈ ਜ਼ਿਮੀਂਦਾਰ ਦੀ। ਦੇਖੋ ਬਾਈ ਇਹ ਲਿਆ ਕੇ ਰੱਖ ਦਿੱਤੀ ਹੈ, ਅਤੇ ਇਹ ਟਰੈਕਟਰ ਬਾਹਰ ਕੱਢ ਲਿਆ। ਇਹਦੇ 'ਚ ਕੋਈ ਮਸਲਾ ਨਹੀਂ, ਕੋਈ ਮਸਾਇਲ ਨਹੀਂ, ਨਾ ਹੀ ਟੱਕ ਖਰਾਬ ਹੁੰਦਾ ਹੈ, ਟਰੈਕਟਰ ਟੱਕ ਖਰਾਬ ਹੋਣ ਹੀ ਨਹੀਂ ਦਿੰਦਾ। ਬਈ ਇਹਦੀ ਕੀਮਤ ਓਨਲੀ 30,000 ਰੁਪਇਆ, 30-30 ਕੀ ਹਜ਼ਾਰ ਰੁਪਇਆ ਲੱਗਦਾ ਹੈ। ਤਾਂ ਤੁਸੀਂ ਬਣਾ ਲਓ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਓਕੇ, ਅੱਲਾ ਹਾਫਿਜ਼।